ਭਾਰਦੇ ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਆਟੋ ਨਿਰਮਾਤਾਵਾਂ ਨੂੰ ਛੇਤੀ ਹੀ ਟਰੱਕਾਂ ਦੇ ਡਰਾਈਵਰ ਕੈਬਿਨਾਂ ਦੇ ਵਿੱਚ 에어 ਕੰਡੀਸ਼ਨ ਲਾਉਣ ਦੀ ਹਦਾਇਤ ਜਾਰੀ ਕਰ ਦਿੱਤੀ ਹੈ ਕੇਂਦਰੀ ਸੜਕ ਟ੍ਰਾਂਸਪੋਰਟ ਤੇ ਹਾਈਵੇਜ਼ ਮੰਤਰੀ ਨੇ ਕਿਹਾ ਕਿ ਪਹਿਲਾਂ ਮੈਂ ਉਸ ਫਾਈਲ ਤੇ ਹਸਤਾਖਰ ਕੀਤੇ ਨੇ ਜੋ ਟਰੱਕ ਡਰਾਈਵਰਾਂ ਦੇ ਕੈਬਨਾਂ ਦੇ ਵਿੱਚ 2025 ਤੱਕ 에어 ਕੰਡੀਸ਼ਨ ਨੂੰ ਲਾਜ਼ਮੀ ਬਣਾਏਗਾ। ਸਾਨੂੰ ਕਹਿੰਦੇ ਯਕੀਨੀ ਬਣਾਉਣਾ ਚਾਹੀਦਾ ਕਿ ਜਿਹੜੇ ਲੋਕ ਟਰੱਕ ਚਲਾਉਂਦੇ ਨੇ ਉਹਨਾਂ ਦਾ ਧਿਆਨ ਰੱਖਿਆ ਜਾਵੇ। ਸਾਡੇ ਡਰਾਈਵਰ 43 ਤੋਂ 47 ਡਿਗਰੀ ਤਾਪਮਾਨ ਦੇ ਵਿੱਚ ਵੀ ਵਾਹਨ ਚਲਾਉਂਦੇ ਨੇ। ਸਾਨੂੰ ਡਰਾਈਵਰਾਂ ਦੀ ਹਾਲਤ ਬਾਰੇ ਸੋਚਣਾ ਚਾਹੀਦਾ ਹੈ। ਇਸ ਕਰਕੇ ਟਰੱਕਾਂ ਦੇ ਵਿੱਚ AC ਲੱਗਣਾ ਵੀ ਜ਼ਰੂਰੀ ਹੈ। ਮੈਂ ਕਹਿੰਦੇ ਮੰਤਰੀ ਬਣ ਤੋਂ ਬਾਅਦ AC ਕੈਬਨ ਸ਼ੁਰੂ ਕਰਨ ਦਾ ਚਾਹਵਾਨ ਸੀ ਪਰ ਕੁਝ ਲੋਕਾਂ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਹਾਂ ਕਿ ਟਰੱਕਾਂ ਦੀ ਕੀਮਤ ਵਧ ਜਾਵੇਗੀ। ਹੁਣ ਕਹਿੰਦੇ ਮੈਂ ਉਸ ਫਾਈਲ ਤੇ ਹਸਤਾਖਰ ਕਰ ਦਿੱਤੇ ਨੇ ਕਿ ਸਾਰੇ ਟਰੱਕ ਕੈਬਨ ਏਸੀ ਕੈਬਨ ਹੋਣਗੇ ਮਹਿੰਦਰਾ ਲੌਜਿਸਟਿਕਸ ਦੇ ਵੱਲੋਂ ਕਰਵਾਏ ਸਮਾਗਮ ਦੇ ਵਿੱਚ ਪਹੁੰਚੇ ਕੇਂਦਰੀ ਮੰਤਰੀ ਗੜਕਰੀ ਨੇ ਕਿਹਾ ਕਿ ਭਾਰਤ ਦੇ ਵਿੱਚ ਡਰਾਈਵਰਾਂ ਦੀ ਵੱਡੀ ਘਾਟ ਹੈ ਨਤੀਜੇ ਵਜੋਂ ਟਰੱਕ ਡਰਾਈਵਰ ਦਿਨ ਦੇ ਵਿੱਚ 14 ਤੋਂ ਲੈ ਕੇ 16-16 ਘੰਟੇ ਤੱਕ ਕੰਮ ਕਰਦੇ ਨੇ ਦੂਜੇ ਦੇਸ਼ਾਂ ਦੇ ਵਿੱਚ ਕਹਿੰਦੇ ਇੱਕ ਟਰੱਕ ਚਾਲਕ ਦੀ ਡਿਊਟੀ ਤੈਅ ਹੈ ਮੰਤਰੀ ਨੇ ਟਰੱਕ ਚਾਲਕਾਂ ਦੇ ਲਈ ਟਰੱਕ ਚਲਾਉਣ ਦੀ ਸਮਾਂ ਸੀਮਾ ਦਾ ਜ਼ਿਕਰ ਤਾਂ ਨਹੀਂ ਕੀਤਾ ਪਰ ਹਰ ਟਰੱਕ ਦੇ ਵਿੱਚ ਏਸੀ ਲੱਗੇ ਹੋਣ ਦਾ ਜਿਹੜਾ ਹੁਕਮ ਹੈ ਉਹਦੇ ਉੱਤੇ ਹਸਤਾਖਰ ਜ਼ਰੂਰ ਕੀਤੇ ਨੇ ਜ਼ਾਹਿਰ ਤੌਰ ਤੇ ਸਾਡੇ ਮੁਲਕ ਦੇ ਵਿੱਚ ਟਰੱਕ ਡਰਾਈਵਰਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਕਾਫੀ ਔਖੀ ਮੰਨੀ ਜਾਂਦੀ ਹੈ ਟਰੱਕ ਡਰਾਈਵਰ ਇੱਕ ਸੂਬੇ ਤੋਂ ਲੈ ਕੇ ਦੂਸਰੇ ਸੂਬੇ ਤੱਕ ਮਾਲ ਨੂੰ ਢੋਂਦੇ ਨੇ ਅਤੇ ਜੇ ਟਰੱਕ ਡਰਾਈਵਰਾਂ ਦੀ ਹੜਤਾਲ ਹੋ ਜਾਵੇ ਤਾਂ ਤਕਰੀਬਨ ਪੂਰੇ ਦੇਸ਼ ਦੇ ਵਿੱਚ ਖਾਣ ਪੀਣ ਦੇ ਹੀ ਨਹੀਂ ਬਲਕਿ ਹੋਰ ਚੀਜ਼ਾਂ ਦੇ ਵੀ ਲਾਲੇ ਪੈ ਜਾਣਗੇ ਕਿਉਂਕਿ ਕਿਸੇ ਸੂਬੇ ਦੇ ਵਿੱਚ ਕਿਸੇ ਚੀਜ਼ ਦੀ ਪ੍ਰੋਡਕਸ਼ਨ ਹੁੰਦੀ ਹੈ ਦੂਸਰੇ ਸੂਬੇ ਦੇ ਵਿੱਚ ਕਿਸੇ ਹੋਰ ਚੀਜ਼ ਦੀ ਪ੍ਰੋਡਕਸ਼ਨ ਹੁੰਦੀ ਹੈ ਇੱਕ ਸੂਬਾ ਹਰ ਚੀਜ਼ ਦਾ ਉਤਪਾਦਨ ਨਹੀਂ ਕਰਦਾ ਸੋ ਵੱਖ-ਵੱਖ ਥਾਵਾਂ ਤੋਂ ਦੂਸਰੀਆਂ ਥਾਵਾਂ ਤੇ ਸਮਾਨ ਪਹੁੰਚਾਉਣ ਦਾ ਜਿਹੜਾ ਕੰਮ ਹੈ ਉਹ ਸਾਡੇ ਟਰੱਕ ਹੀ ਕਰਦੇ ਨੇ ਟਰੱਕ ਡਰਾਈਵਰਾਂ ਦੀ ਜ਼ਿੰਦਗੀ ਇੰਨੀ ਔਖੀ ਹੈ ਕਿ ਜਿੱਥੇ ਕਿਤੇ ਵੀ ਰਾਹ ਦੇ ਵਿੱਚ ਵੱਡਾ ਜਾਮ ਲੱਗ ਜਾਵੇ ਤਾਂ ਇਹ ਨਹੀਂ ਪਤਾ ਇੱਕ ਟਰੱਕ ਨੂੰ ਜਾਂ ਫਿਰ ਸਾਰੇ ਜਿਹੜੇ ਟਰੱਕ ਹੁੰਦੇ ਨੇ ਉਹਨਾਂ ਨੂੰ ਇੱਕ ਦਿਨ ਦੋ ਦਿਨ ਜਾਂ ਪੰਜ-ਪੰਜ ਦਿਨ ਵੀ ਉੱਥੇ ਖੜੇ ਹੋਣਾ ਖੜੇ ਹੋਣਾ ਪੈ ਜਾਵੇ ਸੋ ਕਈ ਵਾਰੀ ਕਈਆਂ ਦੇ ਘਰਾਂ ਦੇ ਵਿੱਚ ਪ੍ਰੋਗਰਾਮ ਰੱਖੇ ਹੁੰਦੇ ਨੇ ਪਰ ਜੋ ਜਾਮ ਦੇ ਵਿੱਚ ਫਸ ਜਾਣ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਫਸ ਜਾਣ ਤਾਂ ਉਹਨਾਂ ਨੂੰ ਆਪਣੇ ਘਰ ਜਾਣ ਦਾ ਵੀ ਮੌਕਾ ਨਹੀਂ ਮਿਲਦਾ ਸੋ ਇੱਕ ਵੱਡੀ ਜਿਹੜੀ ਕਹਿ ਸਕਦੇ ਆ ਦੇਣ ਹੈਗੀ ਐ ਇਹ ਲੋਕਾਂ ਤੱਕ ਸਮਾਨ ਪਹੁੰਚਾਉਣ ਦੇ ਵਿੱਚ ਟਰੱਕ ਡਰਾਈਵਰਾਂ ਦੀ ਤੇ ਉਹਨਾਂ ਦੀ ਮੁਸ਼ਕਿਲ ਨੂੰ ਸਮਝਿਆ ਹੈ ਭਾਰਤ ਦੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਤੇ ਚਾਹੇ ਗਰਮੀ ਦਾ ਮੌਸਮ ਹੋਵੇ ਤਿੱਖੀ ਗਰਮੀ ਹੋਵੇ ਤਾਂ ਉਹਨਾਂ ਨੂੰ ਬਿਨਾਂ ਏਸੀ ਤੋਂ ਹੀ ਸੜਦੇ ਭੁੱਜਦੇ ਹੋਏ ਜਿਹੜਾ ਟਰੱਕ ਹੈ ਉਸ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣਾ ਪੈਂਦਾ ਹੈ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਲਈ ਕੌਮੀ ਸ਼ਾਰਾ ਤੇ ਟੋਲ ਟੈਕਸ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ ਸੂਬਾ ਸਰਕਾਰ ਨੇ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਲਈ ਟੋਲ ਟੈਕਸ ਫ੍ਰੀ ਹੋਵੇਗਾ ਐਗਜ਼ੀਕਿਊਟਿਵ ਇੰਜੀਨੀਅਰ ਐਸ ਡੀਓ ਜੇਈ ਪਟਵਾਰੀ ਜ਼ਿਲ੍ਹਾਦਰ ਡਿਪਟੀ ਕਲੈਕਟਰ ਵਾਟਰ ਰਿਸੋਰਸ ਨੂੰ ਹੁਣ ਨੈਸ਼ਨਲ ਹਾਈਵੇ ਤੇ ਯਾਨੀ ਕਿ ਕੌਮੀ ਸ਼ਾਰਾ ਦੇ ਉੱਤੇ ਟੋਲ ਨਹੀਂ ਦੇਣਾ ਪਵੇਗਾ ਹਾਲਾਂਕਿ ਸਟੇਟ ਹਾਈਵੇਜ਼ ਦੇ ਉੱਤੇ ਉਹਨਾਂ ਨੂੰ ਟੋਲ ਦੇਣਾ ਪਵੇਗਾ ਪ੍ਰਿੰਸੀਪਲ ਸਕੱਤਰ ਵਾਟਰ ਰਿਸੋਰਸ ਨੇ ਇਸ ਬਾਰੇ ਹਰਿਆਣਾ ਦੇ ਪੰਚਕੂਲਾ ਦੇ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਰ ਦਿੱਤੀ ਹੈ ਆਪਣੇ ਇਸ ਪੱਤਰ ਦੇ ਵਿੱਚ ਸਾਰੇ ਅਧਿਕਾਰੀਆਂ ਮੁਲਾਜ਼ਮਾਂ ਨੂੰ ਕੈਟਾਗਰੀ ਦੇ ਬਾਰੇ ਦੱਸ ਦਿੱਤਾ ਗਿਆ ਜਿਨ੍ਹਾਂ ਨੂੰ ਟੋਲ ਟੈਕਸ ਤੋਂ ਛੋਟ ਮਿਲੀ ਹੈ